ਸਮਾਂ ਨੌਜਵਾਨਾਂ ਦਾ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਤੁਹਾਡੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਹਾਈ ਵੋਲਟੇਜ ਡਰਾਮਾ ਇੱਥੇ ਨੌਜਵਾਨਾਂ ਦਾ ਵੇਖਣ ਨੂੰ ਮਿਲਿਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਈ ਵੋਲਟੇਜ ਡਰਾਮਾ ਨੌਜਵਾਨਾਂ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਤੁਹਾਡੀ ਹਿੰਮਤ ਕਿਸ ਤਰ੍ਹਾਂ ਹੋਈ ਰੋਕਣ ਦੀ ਸੋ ਸਾਫ਼ ਤੌਰ 'ਤੇ ਦੇਖੇ ਜਾ ਸਕਦਾ ਹੈ ਉਮਰ ਜਿਹੜੀ ਹੈ ਨੌਜਵਾਨਾਂ ਦੀ ਵੀ ਬਹੁਤ ਜ਼ਿਆਦਾ ਨਹੀਂ ਹੈ ਬਿਲਕੁਲ ਛੋਟੀ ਉਮਰ ਦੇ ਨੌਜਵਾਨ ਲੱਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਸ਼ਰੇਆਮ ਇੱਕ ਗੁੰਡਾਗਰਦੀ ਦਿਖਾਈ ਗਈ ਹੈ ਅਤੇ ਪੁਲਿਸ ਦੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਪੁਲਿਸ ਨੂੰ ਸ਼ਰੇਆਮ ਹਾਈ ਵੋਲਟੇਜ ਡਰਾਮਾ ਜਿਹੜਾ ਇਹ ਨੌਜਵਾਨ ਕਰ ਰਹੇ ਨੇ ਛੋਟੀ ਉਮਰ ਦੇ ਨੌਜਵਾਨ ਨੇ ਪਰ ਪੁਲਿਸ ਜਿਹੜੀ ਹੈ ਉਹ ਖੜ੍ਹੀ ਹੈ ਅਸੀਂ ਆਪਣੀ ਡਿਊਟੀ 'ਤੇ ਖਲੋਤੇ ਸੀਗੇ ਇਹ ਰੋਂਗ ਸਾਈਡ ਆ ਰਹੇ ਸੀਗੇ ਚਾਰ ਜਣੇ ਅਸੀਂ ਐਕਟਿਵਾ ਦੇ ਉੱਤੇ ਆ ਰਹੇ ਸੀਗੇ ਇਹਨਾਂ ਨੂੰ ਅਸੀਂ ਰੋਕਿਆ ਗਿਆ ਚੱਕਿਆ ਗਿਆ ਵੀ ਵੀਰ ਜੀ ਤੁਸੀਂ ਰੋਂਗ ਸਾਈਡ ਨਾ ਆਓ ਅੱਗੋਂ ਨੂੰ ਕਹਿੰਦੇ ਵੀ ਤੁਸੀਂ ਕਿਹਦੇ ਹੁਕਮ ਨਾਲ ਇੱਥੇ ਖਲੋਤੇ ਸੀ ਅਸੀਂ ਵੀ ਅਸੀਂ ਸੀ ਪੀ ਸਾਹਿਬ ਦੇ ਹੁਕਮ ਨਾਲ ਖਲੋਤੇ ਹਾਂ ਸਾਡੀ ਇੱਥੇ ਡਿਊਟੀ ਲਾਈ ਸੀ ਪੀ ਸਾਹਿਬ ਨੇ ਵੀ ਜਿਹੜੇ ਗਲਤ ਰੋਂਗ ਸਾਈਡ ਉਹਨੂੰ ਉਹਨਾਂ ਡੱਕਿਆ ਜਾਓ ਮਸਲਾ ਜੀ ਸਾਡੀ ਅਲਫਾ ਵਨ ਡਿਊਟੀ ਲੱਗੀ ਸੀ ਉੱਥੇ ਜਿਹੜੇ ਰੋਂਗ ਸਾਈਡ ਆਉਂਦੇ ਸੀ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਸੀ ਅਸੀਂ ਉਹਨਾਂ ਨੂੰ ਕਹੀਦੇ ਵੀ ਸਿੱਧੇ ਰਸਤੇ ਜਾਓ ਜੀ ਅਤੇ ਉਹਨੂੰ ਬਾਅਦ 'ਚ ਚਾਰ ਜਵਾਨ ਆਏ ਨੇ ਜੀ ਉੱਧਰੋਂ ਰੋਂਗ ਸਾਈਡ ਹੀ ਆਏ ਆ ਸ਼ਰਾਬ ਪੀਤੀ ਸੀ ਇਹਨਾਂ ਨੇ ਅਤੇ ਸਾਨੂੰ ਗਾਲੀ ਗਲੋਚ ਕਰਨ ਲੱਗ ਪਏ ਤੁਸੀਂ ਕਿਹਦੇ ਹੁਕਮ ਨਾਲ ਖੜ੍ਹੇ ਜੇ ਇੱਥੇ ਜਿਵੇਂ ਆਪਾਂ ਸੀ ਪੀ ਸਾਹਿਬ ਦੇ ਹੁਕਮ ਨਾਲ ਐਸ ਪੀ ਟਰੈਫਿਕ ਸਾਹਿਬ ਦੇ ਹੁਕਮ ਨਾਲ ਖੜ੍ਹੇ ਹਾਂ ਜੀ ਸਾਡੀ ਡਿਊਟੀ ਲੱਗੀ ਆ ਜੀ ਆਪਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੀ ਅਤੇ ਇਹਨਾਂ ਨੇ ਮੁੜ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਐਸ ਆਈ ਅਤੇ ਭੁਪਿੰਦਰ ਸਿੰਘ ਅਤੇ ਰੋਸ਼ਨ ਸਿੰਘ ਇਹਨਾਂ ਦਾ ਸੀਗਾ ਉੱਥੇ ਜਿਹੜਾ ਟਰੈਫਿਕ ਨੂੰ ਜਿਹੜਾ ਸਹੀ ਤਰੀਕੇ ਨਾਲ ਚਲਾਉਣ ਲਈ ਇਹਨਾਂ ਦੇ ਇੱਥੇ ਲਗਾਇਆ ਸੀ ਨਾਕਾ ਅਲਫਾ ਬੰਦ ਦੇ ਸਾਹਮਣੇ ਉੱਥੋਂ ਕੁਛ ਲੋਕ ਕਾਫੀ ਤੁਸੀਂ ਦੇਖਿਆ ਹੋਣਾ ਉਹ ਜਦੋਂ ਨਿਕਲਦੇ ਨੇ ਰੋਂਗ ਸਾਈਡ ਆ ਜਾਂਦੇ ਨੇ ਅਤੇ ਉਹ ਫਿਰ ਐਕਸੀਡੈਂਟ ਹੋਣ ਦੇ ਖਤਰਾ ਰਹਿੰਦਾ ਹੈਗਾ ਅਤੇ ਇਹਨਾਂ ਨੇ ਰੋਕਿਆ ਲੋਕਾਂ ਨੂੰ ਕਿਹਾ ਵੀ ਤੁਸੀਂ ਪਰਲੇ ਪਾਸੇ ਜਾਓ ਜਾਂ ਲੈਫਟ ਸਾਈਡ ਜਾਓ ਅਤੇ ਉਹ ਕੁਛ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਦੇ ਗਲ ਪੈ ਗਏ ਇਹਨਾਂ ਦੇ ਉਹਨਾਂ ਨੇ ਜਦੋਂ ਇਹਨਾਂ ਨੇ ਸਮਝਾਇਆ ਪਰ ਉਹ ਕੁਛ ਮੰਨਣ ਨੂੰ ਤਿਆਰ ਨਹੀਂ ਸੀ ਉਹਨਾਂ 'ਤੇ ਗਾਲੀ ਪੈ ਗਏ ਇਹਨਾਂ ਨੂੰ ਕਾਬੂ ਕਰਕੇ ਉਹਨਾਂ 'ਤੇ ਕੇਸ ਰਜਿਸਟਰ ਕੀਤਾ ਅਤੇ ਇਸ ਖਬਰ 'ਤੇ ਸਾਡੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਰਾਜੇਸ਼ ਗਿੱਲ ਜੀ ਰਾਜੇਸ਼ ਤੁਹਾਡੇ ਤੋਂ ਸਮਝਣਾ ਚਾਹੁੰਦੇ ਹਾਂ ਕੀ ਹੋਇਆ ਸੀ ਅਜਿਹਾ ਕਿ ਇਸ ਤਰ੍ਹਾਂ ਦੀ ਨੌਬਤ ਆ ਗਈ ਪੁਲਿਸ ਜਿਹੜੀ ਹੈ ਉਸ ਨੂੰ ਗਾਲਾਂ ਕੱਢੀਆਂ ਗਈਆਂ ਨੇ ਦੇਖੋ ਇਹ ਜਿਹੜਾ ਘੱਟ ਉਮਰ ਦੇ ਨੌਜਵਾਨਾਂ ਨੇ ਜਿਹੜਾ ਨਮੂਨਾ ਪੇਸ਼ ਕੀਤਾ ਹੈ ਅਵਲ ਦਰਜੇ ਦੀ ਬਦਤਮੀਜ਼ੀ ਤੇ ਗੁੰਡਾਗਰਦੀ ਦਾ ਨਮੂਨਾ ਪੇਸ਼ ਕੀਤਾ ਹੈ ਔਰ ਇਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਿੰਨੀ ਸ਼ਾਂਤ ਢੰਗ ਨਾਲ ਇਸ ਮਾਮਲੇ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਪੁਲਿਸ ਕੋਲੋਂ ਵਾਰ ਵਾਰ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਇਹ ਅੰਮ੍ਰਿਤਸਰ ਦਾ ਐਲਫਾ ਵਨ ਮਾਲ ਹੈ ਜਿੱਥੇ ਕਿ ਵਨ ਵੇ ਟ੍ਰੈਫਿਕ ਹੈ ਪਰ ਉਸਦੇ ਵਿੱਚ ਇੱਕ ਡਿਵਾਈਡਰ ਆਉਂਦਾ ਹੈ ਜਿੱਥੋਂ ਕਿ ਬੀ ਆਰ ਟੀ ਐਸ ਬੱਸਾਂ ਲੰਘਦੀਆਂ ਹਨ ਉੱਥੋਂ ਕੋਸ਼ਿਸ਼ ਕਰਦੇ ਹਨ ਲੋਕ ਕਿ ਯੂ ਟਰਨ ਲੈ ਕੇ ਗਲਤ ਪਾਸੇ ਯੂ ਟਰਨ ਲੈ ਕੇ ਤੇ ਫਲਾਈ ਓਵਰ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਪੁਲਿਸ ਉੱਥੇ ਇਸੇ ਕਰਕੇ ਖੜੀ ਸੀ ਕਿ ਗਲਤ ਢੰਗ ਨਾਲ ਲੋਕੀ ਉਧਰੋਂ ਮੂਵ ਨਾ ਕਰਨ ਜਿਸ ਕਰਕੇ ਕੋਈ ਐਕਸੀਡੈਂਟ ਨਾ ਹੋ ਜਾਏ ਔਰ ਇਹਨਾਂ ਨੂੰ ਵੀ ਇਸੇ ਕਰਕੇ ਰੋਕਿਆ ਗਿਆ ਸੀ ਇੱਕ ਗੱਡੀ ਦੇ ਵਿੱਚ ਸਵਾਰ ਸਨ ਚਾਰੇ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਨੇ ਜਦੋਂ ਰੋਕਿਆ ਰੋਕ ਕੇ ਕਿਹਾ ਕਿ ਦੂਸਰੇ ਪਾਸੇ ਦੀ ਤੁਸੀਂ ਸਿੱਧੇ ਲੰਘੋ ਤੇ ਜਾਂ ਤੁਸੀਂ ਲੈਫਟ ਪਾਸੇ ਹੋ ਕੇ ਉਧਰੋਂ ਲੈ ਜਾਓ ਪਰ ਇਹਨਾਂ ਨੇ ਪੁਲਿਸ ਦੀ ਗੱਲ ਮੰਨਣ ਦੀ ਬਜਾਏ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਔਰ ਗਾਲਾਂ ਵੀ ਇੰਨੀਆਂ ਪੱਤੀਆਂ ਗਾਲਾਂ ਜਿਨ੍ਹਾਂ ਨੂੰ ਕਿ ਦਰਸ਼ਕਾਂ ਨੂੰ ਸੁਣਾਇਆ ਵੀ ਨਹੀਂ ਜਾ ਸਕਦਾ ਅਜਿਹੀਆਂ ਗਾਲਾਂ ਇਹਨਾਂ ਨੇ ਕੱਢੀਆਂ ਔਰ ਸਰੇਆਮ ਗੁੰਡਾਗਰਦੀ ਕੀਤੀ ਇੱਥੋਂ ਤੱਕ ਕਿ
ਇੱਕ ਰਾਹਗੀਰ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਇਹਨਾਂ ਨੇ, ਜਦੋਂ ਕਿਸੇ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਦੀ ਗੱਡੀ ਦਾ ਸ਼ੀਸ਼ਾ ਵੀ ਤੋੜਿਆ। ਔਰ ਪੁਲਿਸ ਨੇ ਬੜੀ ਜਿਹੜਾ ਹੰਬਲਨੈਸ ਦਿਖਾਈ ਉਸ ਮੌਕੇ ਤੇ ਔਰ ਬੈਕਅਪ ਕਾਲ ਕੀਤਾ, ਬੈਕਅਪ ਕਾਲ ਕਰਕੇ ਬਕਾਇਦਾ ਤੌਰ ਤੇ ਇਹਨਾਂ ਨੂੰ ਫੜ ਲਿਆ ਗਿਆ। ਫੜ ਕੇ ਹੁਣ ਇਹ ਜਿਹੜੇ ਨੌਜਵਾਨ ਹਨ ਹਿਰਾਸਤ ਦੇ ਵਿੱਚ ਹਨ, ਪਰ ਇਹ ਜਿਹੜੀ ਹੈ ਇਹਨਾਂ ਦੀ ਇਹ ਜਿਹੜਾ ਵਿਹਾਰ ਹੈ ਜੀ, ਇਸ ਤਰ੍ਹਾਂ ਦੀ ਗੁੰਡਾਗਰਦੀ ਰਾਜੇਸ਼ ਬੜੇ ਸਵਾਲ ਖੜੇ ਕਰਦੀ ਹੈ, ਕਿਉਂਕਿ ਨੌਜਵਾਨ ਇੱਕ ਨੌਜਵਾਨ ਹੈ ਜਿਹੜਾ ਬਹੁਤ ਜ਼ਿਆਦਾ ਉੱਥੇ ਰੌਲਾ ਰੱਪਾ ਕਰਦਾ ਜਾਂ ਹੰਗਾਮਾ ਕਰਦਾ ਨਜ਼ਰ ਆ ਰਿਹਾ ਅਤੇ ਬਹੁਤ ਹੀ ਛੋਟੀ ਉਮਰ ਦਾ, ਅਤੇ ਇਸ ਤਰ੍ਹਾਂ ਜਿਹੜੀ ਪੁਲਿਸ ਹੈਗੀ ਹੈ ਉਹ ਵੀ ਖੜੀ ਹੈ, ਕਾਫੀ ਲੋਕ ਉੱਥੇ ਮੌਜੂਦ ਨੇ ਰਾਜੇਸ਼, ਇਹ ਵੀ ਸਮਝਣਾ ਚਾਹੁੰਦੇ ਹਾਂ ਕਿ ਉੱਥੇ ਜਿਹੜੇ ਲੋਕ ਨੇ ਮੌਜੂਦ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨਾਂ ਨੌਜਵਾਨਾਂ ਨੂੰ ਕਾਬੂ ਕਰਨ ਦੀ, ਕਿਉਂਕਿ ਅੰਮ੍ਰਿਤਸਰ ਸ਼ਹਿਰ ਔਰ ਜਿਹੜਾ ਉੱਥੇ ਕਾਫੀ ਜ਼ਿਆਦਾ ਇਲਾਕਾ ਜਿਹੜਾ ਹੈਗਾ ਸਿੱਖ ਭਾਈਚਾਰਾ ਗੁਰੂ ਨਗਰੀ ਹੈ, ਅਤੇ ਇਸ ਤਰ੍ਹਾਂ ਦਾ ਮਾਹੌਲ ਉੱਥੇ ਪੈਦਾ ਹੋਣਾ ਵੱਡੇ ਸਵਾਲ ਖੜੇ ਕਰਦਾ। ਦੇਖੋ ਪੁਲਿਸ ਜਿਸ ਢੰਗ ਨਾਲ ਇਹਨਾਂ ਨੌਜਵਾਨਾਂ ਨੂੰ ਬਰਦਾਸ਼ਤ ਕਰ ਰਹੀ ਸੀ, ਬੈਕਅਪ ਕਾਲ ਕਰ ਰਹੀ ਸੀ, ਔਰ ਪੁਲਿਸ ਨਹੀਂ ਇਹ ਚਾਹੁੰਦੀ ਸੀ ਕਿ ਕਿਸੇ ਤਰੀਕੇ ਦਾ ਸੀਨ ਕ੍ਰੀਏਟ ਕੀਤਾ ਜਾਏ, ਪਰ ਇਹਨਾਂ ਨੌਜਵਾਨਾਂ ਵੱਲੋਂ ਬੇਹੱਦ ਜ਼ਬਰਦਸਤ ਸੀਨ ਕ੍ਰੀਏਟ ਕੀਤਾ ਗਿਆ ਔਰ ਜਿਹੜੇ ਲੋਕ ਸਨ ਉਹਨਾਂ ਦੀ ਮਦਦ ਨਾਲ ਹੀ ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਲੋਕ ਜਿਹੜੇ ਹਨ ਉਸ ਵੇਲੇ ਪਬਲਿਕ ਪੂਰੀ ਤਰ੍ਹਾਂ ਨਾਲ ਪੁਲਿਸ ਦਾ ਸਾਥ ਦੇ ਰਹੀ ਸੀ ਕਿ ਕਿਸੇ ਢੰਗ ਨਾਲ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਵੇ, ਕਿਉਂਕਿ ਪੂਰਾ ਮਾਹੌਲ ਪੂਰੀ ਨੂਸੈਂਸ ਕ੍ਰੀਏਟ ਕਰ ਦਿੱਤੀ ਸੀ ਇਹਨਾਂ ਨੇ ਇਹਨਾਂ ਨੌਜਵਾਨਾਂ ਨੇ ਔਰ ਪੂਰੇ ਵਾਤਾਵਰਣ ਦੇ ਵਿੱਚ ਉਸ ਵੇਲੇ ਇੰਝ ਲੱਗ ਰਿਹਾ ਸੀਗਾ ਕਿ ਜਿਵੇਂ ਲਾ ਐਂਡ ਆਰਡਰ ਜਿਹੜਾ ਇਹ ਜਿਹੜੇ ਆ ਉਹਨਾਂ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਨੌਜਵਾਨ ਔਰ ਬਿਲਕੁਲ ਕਿਤੇ ਰਾਜੇਸ਼ ਇਹ ਵੀ ਲੱਗਦਾ ਹੈ ਕਿ ਨਾਜਾਇਜ਼ ਫਾਇਦਾ ਸ਼ਾਇਦ ਅੱਜ ਕੱਲ੍ਹ ਚੁੱਕਿਆ ਜਾ ਰਿਹਾ ਹੈ ਵਟਸਐਪ ਹੋ ਗਿਆ ਜਾਂ ਫਿਰ ਸੋਸ਼ਲ ਮੀਡੀਆ ਦਾ ਕਿ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾਏਗਾ, ਕਿਉਂਕਿ ਇਸ ਤਰ੍ਹਾਂ ਦੀ ਵੀਡੀਓਜ਼ ਵੀ ਬਹੁਤ ਸਾਹਮਣੇ ਆਉਂਦੀਆਂ ਨੇ। ਸੋ ਕਿਤੇ ਨਾ ਕਿਤੇ ਹਰ ਪਾਸੇ ਕਹਿੰਦੇ ਨੇ ਪੰਜ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਅਤੇ ਇੱਥੇ ਪੁਲਿਸ ਵਾਲੇ ਜਿਹੜੇ ਤੁਸੀਂ ਆਪ ਵੀ ਦੱਸ ਰਹੇ ਹੋ ਬੜੇ ਹੀ ਹੰਬਲ ਨਜ਼ਰ ਆ ਰਹੇ ਨੇ, ਨਾਜਾਇਜ਼ ਫਾਇਦਾ ਕਿਤੇ ਨਾ ਕਿਤੇ ਚੁੱਕਿਆ ਜਾ ਰਿਹਾ ਲੱਗ ਰਿਹਾ। ਦੇਖੋ ਬਿਲਕੁਲ, ਕਿਉਂਕਿ ਇਹ ਨੌਜਵਾਨ ਡਰੰਕ ਸਨ ਉਸ ਵੇਲੇ, ਇਹਨਾਂ ਨੇ ਪੀਤੀ ਹੋਈ ਸੀ ਔਰ ਜਿਸ ਢੰਗ ਨਾਲ ਇਹ ਓਵਰ ਰਿਐਕਟ ਕਰ ਰਹੇ ਸਨ, ਕਿਉਂਕਿ ਜਦੋਂ ਪੁਲਿਸ ਵਾਲੇ ਵਾਇਲੈਂਟ ਨਹੀਂ ਸਨ ਤੇ ਇਹਨਾਂ ਨੂੰ ਲੱਗਾ ਕਿ ਸ਼ਾਇਦ ਇਹਨਾਂ ਦੀ ਜਿਹੜੀ ਤੌਂਸ ਹੈ ਉਸ ਨੂੰ ਪੁਲਿਸ ਜਿਹੜੀ ਇਹਨਾਂ ਤੋਂ ਡਰ ਰਹੀ ਹੈ ਔਰ ਉਸੇ ਕਰਕੇ ਇਹਨਾਂ ਦਾ ਜਿਹੜਾ ਵਿਹਾਰ ਹੈ ਹੋਰ ਵਾਇਲੈਂਟ ਹੁੰਦਾ ਗਿਆ, ਹੋਰ ਵਾਇਲੈਂਟ ਹੁੰਦਾ ਗਿਆ ਔਰ ਜਿਸ ਕਰਕੇ ਪੁਲਿਸ ਨੂੰ ਬੈਕਅਪ ਸੱਦਣਾ ਪਿਆ। ਪਬਲਿਕ ਨੇ ਵੀ ਦੇਖਿਆ ਕਿ ਇਹ ਜਿਹੜੇ ਨੌਜਵਾਨ ਹਨ ਇਹ ਨਜਾਇਜ਼ ਪੁਲਿਸ ਨਾਲ ਗਾਲੀ ਗਲੋਚ ਕਰ ਰਹੇ ਹਨ ਔਰ ਇਸੇ ਕਰਕੇ ਪਬਲਿਕ ਨੇ ਵੀ ਉਸ ਤੋਂ ਸਾਥ ਦਿੱਤਾ ਔਰ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਠੀਕ ਹੈ ਰਾਜੇਸ਼, ਇਹ ਵੀ ਰਾਹਤ ਦੀ ਗੱਲ ਹੈ ਕਿ ਇਹ ਹੁਣ ਹਿਰਾਸਤ ਦੇ ਵਿੱਚ ਨੇ ਤੇ ਕਾਰਵਾਈ ਜ਼ਰੂਰ ਹੋਏਗੀ ਔਰ ਅੱਗੇ ਨੂੰ ਵੀ ਜੇ ਕੋਈ ਅਜਿਹਾ ਨੌਜਵਾਨ ਕਰਦਾ ਤਾਂ ਉਹ ਪਹਿਲਾਂ ਖੌਫ ਦੇ ਵਿੱਚ ਜ਼ਰੂਰ ਹੋਏਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇਣ ਦੇ ਲਈ। ਅਤੇ ਰਾਜੇਸ਼ ਗਿੱਲ ਸਾਡੇ ਨਾਲ ਜੁੜੇ ਸਨ, ਦੱਸ ਰਹੇ ਸੀਗੇ ਕਿ ਇਹਨਾਂ ਨੂੰ ਹਿਰਾਸਤ ਦੇ ਵਿੱਚ ਤਾਂ ਨੌਜਵਾਨ ਨੂੰ ਲੈ ਲਿਆ ਗਿਆ, ਪਰ ਜਿਹੜੇ ਪੁਲਿਸ ਵਾਲੇ ਸੀ ਉੱਥੇ ਕਾਫੀ ਹੰਬਲ ਨਜ਼ਰ ਆਏ ਨੇ। ਸੋ ਹਮੇਸ਼ਾ ਪੁਲਿਸ ਦੀ ਤੌਂਸਗਿਰੀ ਅਜਿਹੀਆਂ ਖਬਰਾਂ ਚੱਲਦੀਆਂ ਨੇ, ਪਰ ਅੱਜ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਗੁਰੂ ਨਗਰੀ ਤੋਂ, ਜਿੱਥੇ ਪੁਲਿਸ ਵਾਲਿਆਂ ਨੇ ਆਪਣੇ ਦਿਮਾਗ ਦੇ ਨਾਲ ਔਰ ਬੜੀ ਹੀ ਸਹਿਨਸ਼ੀਲਤਾ ਦੇ ਨਾਲ ਇਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ।